ਪਠਾਨਕੋਟ ਦੇ ਨਾਲ ਲੱਗਦੇ ਰਾਵੀ ਦਰਿਆ ਤੇ ਬਣੇ ਪੁਲ ਤੇ ਕੁਝ ਲੋਕਾਂ ਦਾ ਝਗੜਾ ਹੋ ਗਿਆ, ਜਿਸ ਦੌਰਾਨ ਇੱਕ ਨੌਜਵਾਨ ਨੂੰ ਪੁਲ ਤੋਂ ਹੇਠਾਂ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਜ਼ਖਮੀ ਹਾਲਤ ਵਿੱਚ ਜਦੋਂ ਨੌਜਵਾਨ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਹੱਤਿਆ ਦੇ ਦੋਸ਼ ਸ਼ਰਾਬ ਦੇ ਠੇਕੇਦਾਰਾਂ ਤੇ ਲਗਾਏ ਨੇ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਤੀਸ਼ ਕੁਮਾਰ ਦਾ ਬਿਆਨ ਲਿਖਿਆ ਹੋਇਆ ਸੀ ਤੇ ਹੁਣ ਇਹਨਾਂ ਦੀ ਜਿਹੜੀ ਮੈਸੇਜ ਹੈ ਉਹਦੇ ਬਿਆਨ ਲਿਖਣੇ ਕੰਮ ਨੂੰ ਕੋਈ ਓਬਜੈਕਟ ਨਾ ਹੋਵੇ ਜਾਂ ਕੋਈ ਗੱਲਬਾਤ ਹੋਵੇ ਜਾਂ ਕੋਈ ਹੋਰ ਕੁਛ ਕਰਵਾਉਣਾ ਹੋਏ ਜਾਂ ਉਹਨਾਂ ਨੂੰ ਕੋਈ ਡਾਊਟ ਹੋਵੇ ਕੁਝ ਆਉਣਾ ਸਰ ਉਹਦੇ ਬ੍ਰਦਰ ਦਾ ਉਹਨਾਂ ਦੇ ਬਿਆਨ ਲਿਖ ਕੇ ਤੇ ਅਸੀਂ ਅਗਲੀ ਕਾਰਵਾਈ ਕਰ ਪਰ ਉਹਨਾਂ ਦੇ ਬ੍ਰਦਰ ਦਾ ਕਹਿਣਾ ਹੈਗਾ ਕਿ ਮਤਲਬ ਕਿ ਤਿੰਨ ਚਾਰ ਬੰਦਿਆਂ ਨੇ ਉੱਥੇ ਸੁੱਟਿਆ ਗਿਆ, ਉਹਨਾਂ ਦੇ ਨਾਮ ਵੀ ਦੱਸ ਰਿਹਾ ਕਿ ਉਹਨਾਂ ਦੀ ਵੀ ਰੈਂਡੀ ਕੀਤੀ ਗਈ ਨਾ ਵੀ ਜੇ ਸਾਨੂੰ ਨਾਮ ਵਗੈਰਾ ਦੱਸਣਗੇ ਨਾਮ ਦੱਸਿਆ ਸੁਸ਼ੀਲ ਕੁਮਾਰ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਗੱਲਬਾਤ ਇਹ ਹੋਈ ਹੈ ਜੀ ਮੈਂ ਭਾਰੋ ਪੈਲ ਚੋਂ ਆਉਣ ਡਿਆ ਸੀ ਜੀ ਅਤੇ ਮੇਰਾ ਭਰਾ ਇੱਧਰੋਂ ਜਾਣ ਡਿਆ ਸੀ ਪਹਿਲਾਂ ਵੀ ਠੀਕ ਰਿਹਾ ਕੋਈ ਨੁਕਟ ਕਰਦਾ ਕੋਈ ਗੱਲਬਾਤ ਇੰਨੀ ਹੋਈ ਹੋਏਗੀ ਕੰਮ ਸੱਟਦੇ ਦਾ ਸੀ ਆਪਣਾ ਗੱਲ ਇੱਧਰੋਂ ਜਾਣ ਡਿਆ ਜਾਂ ਮੈਂ ਭਾਰੋਂ ਆਉਣ ਡਿਆ ਉੱਧਰੋਂ ਠੇਕੇ ਵਾਲਿਆਂ ਦੀ ਗੱਡੀ ਆਉਣ ਡੀ ਹੈ ਕਾਲੇ ਸੁਰਮੇ ਰੰਗ ਰੰਗ ਦੀ ਇਹਦੇ ਆਸ ਵਿੱਚ ਪੁਲ ਦੇ ਉਰਲੇ ਬਣੇ ਘੋਲ ਲੱਗ ਪਏ ਨਾ ਜੀ ਪਤਾ ਪਹਿਲਾਂ ਮੈਂ ਘੋਲ ਲੱਗ ਪਿਆ ਉਹਨਾਂ ਨੂੰ ਮੈਂ ਬਥੇਰਾ ਉੱਥੇ ਰੌਲਾ ਪਾਉਣ ਡਿਆ ਜੀ ਇਹਨਾਂ ਚੁੱਕੇ ਚੁੱਕੇ ਇਹਨਾਂ ਦੋ ਤਿੰਨ ਜਣਿਆਂ ਨੇ ਉਹਨੂੰ ਪੁਲ ਦੇ ਉੱਤੋਂ ਥੱਲੇ ਸੁੱਟ ਦਿੱਤਾ ਜੀ ਕਿਹੜੀ ਜਗ੍ਹਾ ਦੀ ਗੱਲ ਹੈ ਇੱਕ ਸਰੋਰ ਪੁਲ ਦੀ ਗੱਲ ਹੈ ਕਿਹੜੇ ਕਿਹੜੇ ਬੰਦੇ ਜਿਹਨਾਂ ਨੂੰ ਸੁੱਟਿਆ ਤੁਸੀਂ ਇੱਕ ਸੂਰਜ ਸੀ ਇੱਕ ਜੁਨੀ ਸੀ ਇੱਕ ਬਾਨੂ ਸੀ ਇੱਕ ਸੇਠੀ ਸੀ ਕੀ ਕੰਮ ਕਰਦੇ ਦੋ ਬੰਦੇ ਪਿੱਛੇ ਉਹ ਗੱਡੀ ਦੇ ਵਿੱਚ ਖੜੇ ਸੀ ਕਿਹੜੇ ਠੇਕੇ ਤੇ ਕਿਹੜੇ ਕਿਸ ਚੀਜ਼ ਦਾ ਠੇਕਾ ਜਿੱਥੇ ਸ਼ਰਾਬ ਦੇ ਠੇਕੇ ਦਾ ਕੰਮ ਕਰਦਾ ਰਿਹਾ ਹੁਣ ਇਹਨੇ ਸੱਟ ਦਿੱਤੇ ਦਾ ਸੀ ਉਹਦੇ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੀ ਜਿਹੜੇ ਬੰਦੇ ਨੇ ਸੁੱਟਿਆ ਉਹ ਕਿਹਦੇ ਵਿੱਚ ਕੰਮ ਕਰਦੇ ਉਹ ਠੇਕਿਆਂ ਦੇ ਸਿਵਲ ਦੇ ਵਿੱਚ ਐਕਸਾਈਜ਼ ਵਾਲਿਆਂ ਨਾਲ ਹੀ ਠੇਕਿਆਂ ਦੇ ਨਾਲ ਹੀ ਨਾ ਕੋਈ ਪੁਲਿਸ ਦਾ ਬੰਦਾ ਸੀ ਨਾ ਕੋਈ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਕਰਦੇ ਹਾਂ।